ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਸਾਹਮਣੇ ਰੱਖ ਰਿਹਾ ਇੱਕ ਸ਼ਰਧਾ ਨਾਮ ਦੀ ਕੁੜੀ ਦੀ ਇੱਕ ਅਜਿਹੀ ਖਬਰ ਜਿਸ ਨੂੰ ਦੇਖ ਕੇ ਤੁਹਾਡਾ ਵੀ ਦਿਲ 'ਚ ਜੋੜਿਆ ਜਾਵੇਗਾ। ਕਿਸ ਤਰ੍ਹਾਂ ਜੋ ਆਪਣੇ ਮਾਪਿਆਂ ਦੇ ਖਿਲਾਫ ਜਾ ਕੇ ਇੱਕ ਮੁਸਲਮਾਨ ਨੌਜਵਾਨ ਦੇ ਨਾਲ ਲਿਵਿੰਗ ਦੇ ਵਿੱਚ ਰਹਿਣ ਲੱਗ ਜਾਂਦੀ ਹੈ ਅਤੇ ਉਸਦਾ ਕੀ ਖੌਫਨਾਕ ਅੰਤ ਹੁੰਦਾ, ਉਹ ਤੁਹਾਨੂੰ ਵੀ ਕਿਤੇ ਨਾ ਕਿਤੇ ਇਹ ਸੱਚੀ ਕਹਾਣੀ ਖਬਰ ਝੰਜੋੜ ਕੇ ਰੱਖ ਦੇਵੇਗੀ ਕਿਸ ਤਰ੍ਹਾਂ ਦੀ ਦਰਿੰਦਗੀ ਉਸਦੇ ਨਾਲ ਹੋਈ। ਸੋ ਪੂਰੀ ਵੀਡੀਓ ਦਿਖਾਉਂਦੇ ਹਾਂ, ਤੁਹਾਨੂੰ ਪੂਰੀ ਇਨਫੋਰਮੇਸ਼ਨ ਸ਼ੇਅਰ ਕਰਦੇ ਹਾਂ। ਉਸ ਤੋਂ ਪਹਿਲਾਂ ਇੱਕ ਰਿਕੁਐਸਟ ਜ਼ਰੂਰ ਕਰਾਂਗੇ ਕਿ ਇਸ ਵੀਡੀਓ ਨੂੰ ਜ਼ਿਆਦਾ ਸ਼ੇਅਰ ਕਰਨਾ ਨਾ ਭੁੱਲਣਾ, ਤਾਂ ਕਿ ਇਸ ਤਰ੍ਹਾਂ ਦੀ ਗਲਤੀ ਕੋਈ ਹੋਰ ਨਾ ਕਰ ਸਕੇ, ਸਾਰੇ ਪਾਸੇ ਅਵੇਅਰਨੈਸ ਆ ਸਕੇ ਇਸ ਤਰ੍ਹਾਂ ਦੇ ਮਸਲਿਆਂ 'ਤੇ। ਸ਼ਰਧਾ ਨਾਮ ਦੀ ਕੁੜੀ ਜੋ ਕਿ ਇੱਕ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਕੰਮ ਕਰਦੀ ਸੀ ਅਤੇ ਕਿਸ ਤਰ੍ਹਾਂ ਉਹਦਾ ਖੌਫਨਾਕ ਅੰਤ ਹੋਇਆ, ਅੱਜ ਦੀ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ। ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਿਟਡ ਗਿਆਨ ਦੇ ਨਾਲ, ਅਤੇ ਇਸ ਮਸਲੇ ਬਾਰੇ ਆਪਣੀ ਰਾਏ, ਆਪਣੇ ਵਿਚਾਰ, ਤੁਸੀਂ ਕੀ ਸੋਚਦੇ ਹੋ ਜ਼ਰੂਰ ਕਮੈਂਟ ਕਰਨਾ। ਅੱਜ ਦੀ ਵੀਡੀਓ ਬਾਬਿਓ ਹਮਾਨਤੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦੀ ਆ। ਜੇ ਕੁੜੀਆਂ ਮੇਰੀ ਵੀਡੀਓ ਵੇਖਣ ਡੀਆਂ ਨਾ ਤੇ ਗੌਰ ਕਰਿਓ, ਇੱਕ ਕੁੜੀ ਦੇ ਆਸ਼ਕ ਨੇ ਵੱਢ ਕੇ 35 ਟੁਕੜੇ ਕੀਤੇ 35। ਗੱਲ ਸ਼ੁਰੂ ਕਰਦੇ ਹਾਂ ਕਿ ਸਾਡੀਆਂ ਕੁੜੀਆਂ ਨੂੰ ਜੇ ਅਸੀਂ ਕਹੀਏ ਨਾ ਬਈ ਤੁਹਾਡੇ ਵਾਸਤੇ ਆਹ ਚੰਗਾ ਤੁਹਾਡੇ ਵਾਸਤੇ ਆਹ ਮਾੜਾ, ਪੜ੍ਹ ਤੇ ਗਈਆਂ ਜਿੱਥੇ ਪੜ੍ਹਾਈ ਦਾ ਫਾਇਦਾ ਉੱਥੇ ਨੁਕਸਾਨ ਵੀ ਕਰ ਛੱਡਿਆ, ਆਪਣੀਆਂ ਮਨਮਰਜ਼ੀਆਂ ਕਰਨੀਆਂ, ਪਾਪਾ ਮੈਂ ਲਵ ਮੈਰਿਜ ਕਰਾਉਣੀ ਆ, ਮੈਂ ਰਿਲੇਸ਼ਨ ਇਨ ਵਿੱਚ ਰਹਿਣਾ, ਅਗੇਜਮੈਂਟ ਕਰਾਉਣੀ ਆ, ਜੇ ਉਹ ਕਰਾਉਣਾ, ਪਤਾ ਨਹੀਂ ਅੰਗਰੇਜ਼ੀ ਦੇ ਕਿਹੜੇ ਕਿਹੜੇ ਅੱਖਰਾਂ ਨੇ ਸਾਡੇ ਬੱਚਿਆਂ ਦਾ ਬੇੜਾ ਗਰਕ ਕਰਤਾ। ਅੱਜ ਹਾਹਾਕਾਰ ਮੱਚੀ ਪਈ ਆ ਪੰਜਾਬ ਦੀ ਧਰਤੀ, ਇੰਡੀਆ ਦੀ ਧਰਤੀ 'ਤੇ, ਕਿ ਮੁੰਬਈ ਮਹਾਰਾਸ਼ਟਰ ਵਿੱਚ ਇੱਕ ਯੰਗ ਨੌਜਵਾਨ ਕੁੜੀ ਸ਼ਰਧਾ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦੀ ਆ, ਨੌਕਰੀ ਦੀ ਭਾਲ ਵਿੱਚ ਆਉਂਦੀ ਆ ਮੁੰਬਈ, ਉੱਥੇ ਉਹਨੂੰ ਇੱਕ ਕੰਪਨੀ ਮੈਡੀਟੇਸ਼ਨ ਵਿੱਚ ਨੌਕਰੀ ਮਿਲ ਜਾਂਦੀ ਆ, ਇੱਧਰ ਮਾਰਾ, ਮੈਡੀਟੇਸ਼ਨ ਕੰਪਨੀ ਵਿੱਚ ਨੌਕਰੀ ਮਿਲ ਜਾਂਦੀ ਆ, ਜਿੱਥੇ ਉਹਦੀ ਗੱਲਬਾਤ ਇੱਕ ਮੁਸਲਿਮ ਮੁੰਡੇ ਆਫਤਾਬ ਨਾਲ ਹੋ ਜਾਂਦੀ ਆ। ਜਦੋਂ ਨਾ ਨਵੀਂ ਨਵੀਂ ਗੱਲਬਾਤ ਹੁੰਦੀ, ਉਹਨੂੰ ਨਾ ਮਾਂ ਪਿਓ ਚੰਗਾ ਲੱਗਦਾ, ਨਾ ਰਿਸ਼ਤੇਦਾਰ ਚੰਗੇ ਲੱਗਦੇ, ਜਿਹੜਾ ਟੋਕਦਾ ਉਹ ਵੀ ਬੁਰੇ ਲੱਗਦੇ ਆ। ਇਹ ਕੁੜੀ ਆਪਣੇ ਪਰਿਵਾਰ ਨੂੰ ਮਿਲ ਜਾਂਦੀ ਆ ਅਤੇ ਆਪਣੀ ਮਾਂ ਨੂੰ ਦੱਸਦੀ ਆ ਕਿ ਮੈਂ ਲਵ ਮੈਰਿਜ ਕਰਾਉਣੀ ਆ, ਆਪਣੀ ਮਰਜ਼ੀ ਨਾਲ ਮੈਰਿਜ ਕਰਾਉਣੀ ਆ। ਵੀ ਉਹ ਵੀ ਰੋਕਦਾ, ਮਾਂ ਵੀ ਰੋਕਦੀ ਕਿ ਪੁੱਤ ਕੀ ਪਤਾ ਮੁੰਡਾ ਕਿੱਦਾਂ ਦਾ, ਅਸੀਂ ਤੇਰੇ ਵਾਸਤੇ ਮੁੰਡਾ ਲੱਭਾਂਗੇ, ਹੈ ਨਾ ਚੰਗਾ ਲੱਭਾਂਗੇ, ਸਾਡੀ ਜ਼ਿੰਮੇਵਾਰੀ ਹੋਊਗੀ। ਉਸ ਟਾਈਮ ਕੁੜੀ ਦੇ ਮਾਂ ਪਿਓ ਨੂੰ ਠਕਰਾ ਕੇ ਵਾਪਸ ਆ ਜਾਂਦੀ ਆ ਅਤੇ ਉਹ ਮੁੰਡੇ ਨਾਲ ਰਹਿਣਾ ਸ਼ੁਰੂ ਕਰ ਦਿੰਦੀ ਆ। ਅਤੇ ਇੱਕ ਗੱਲ ਨੋਟ ਕਰਿਓ, ਸਾਰੇ ਮੁੰਡਿਆਂ ਦਾ ਮੈਂ ਨਹੀਂ ਕਹਿੰਦਾ, ਮੁੰਡੇ ਬੜੇ ਬੜੇ ਚੰਗੇ ਵੀ ਆ, ਅਗਰ ਤੁਸੀਂ ਮੈਰਿਜ ਕਰਾਉਣੀ ਵੀ ਆ, ਲਵ ਮੈਰਿਜ ਅੱਜ ਤੋਂ ਨਹੀਂ ਸਦੀਆਂ ਤੋਂ, ਮਿਰਜੇ ਰਾਂਝੇ ਹੀਰ ਸਾਹਿਬਾ ਸੱਸੀ ਪੁੰਨੂ ਕਿੰਨੇ ਆਸ਼ਕ ਹੋਏ ਚੱਲਦੀ ਆਈ ਆ, ਅਗਰ ਤੁਸੀਂ ਪੜ੍ਹੇ ਲਿਖੇ ਆ ਇਹ ਦਿਮਾਗ ਨੂੰ ਵਰਤੋ, ਆਪਣੇ ਮਾਂ ਪਿਓ ਨਾਲ ਗੱਲ ਕਰੋ, ਉਸ ਮੁੰਡੇ ਨਾਲ ਗੱਲ ਕਰੋ। ਮੈਂ ਕੋਈ ਵੀ ਜਿਸਮੀ ਸੰਬੰਧ ਨਹੀਂ ਬਣਾਉਣਾ ਚਾਹੁੰਦੀ ਜਦ ਤੱਕ ਸਾਡਾ ਵਿਆਹ ਸਾਡੀ ਦੰਗੇ 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 ਨਾ 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 ਇਸ ਬਿਨ ਵੀਡੀਓ, ਆਪਣੇ ਮਾਂ ਪਿਓ ਨਾਲ ਗੱਲ ਕਰੋ ਕਿ ਅਸੀਂ ਉਸ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਦੇ ਹਾਂ, ਮੁੰਡੇ ਨਾਲ ਵੀ ਗੱਲ ਕਰੋ, ਮੈਨੂੰ ਟੱਚ ਤੱਕ ਨਹੀਂ ਕਰਨਾ ਜਦ ਤੱਕ ਸਾਡਾ ਵਿਆਹ ਨਹੀਂ ਹੋ ਜਾਂਦਾ। ਬਹੁਤ ਸਾਰੇ ਮੁੰਡੇ ਜਿਨ੍ਹਾਂ ਦਾ ਤਜਰਬਾ ਹੁੰਦਾ, ਕਦੀ ਇਹਨੂੰ ਵਰਤਿਆ ਕੁੜੀ ਨੂੰ, ਕਦੀ ਉਸ ਕੁੜੀ ਨੂੰ ਵਰਤਿਆ, ਜਿਸਮ ਦੇ ਭੁੱਖੇ, ਪਰ ਹੱਦਾਂ ਪਾਰ ਕਰਨ ਵਾਲੀ ਗੱਲ, ਇਹ ਕੁੜੀ ਉਸ ਮੁੰਡੇ ਨਾਲ ਰਹਿੰਦੀ ਆ, ਜਦੋਂ ਮੁੰਡੇ ਨੂੰ ਵਿਆਹ ਵਾਸਤੇ ਕਹਿੰਦੀ ਵੀ ਆਪਾਂ ਹੁਣ ਵਿਆਹ ਕਰਾ ਲਈਏ, ਉਹ ਮੁੰਡਾ ਜਿਸਮ ਦਾ ਭੁੱਖਾ, ਹਫਸ ਦਾ ਭੁੱਖਾ, ਇਸ ਕੁੜੀ ਨੂੰ ਚੰਗੀ ਤਰ੍ਹਾਂ ਵਰਤ ਚੁੱਕਾ। ਉਸ ਮੁੰਡੇ ਨੇ ਗੁੱਸੇ ਵਿੱਚ ਆ ਕੇ ਇਸ ਕੁੜੀ ਦਾ ਕਤਲ ਕਰ ਦਿੰਦਾ। ਭੈਣੋ ਸੁਣਿਓ ਧਿਆਨ ਨਾਲ ਕੁੜੀਓ ਗੱਲ, ਕਤਲ ਕਰਨ ਤੋਂ ਬਾਅਦ ਉਹਦਾ ਦਿਮਾਗ ਸ਼ਾਂਤ ਨਹੀਂ ਹੋਇਆ, ਦਿਮਾਗ ਹੋਰ ਸ਼ਾਰਪ ਹੋ ਗਿਆ, ਵਿਆਹ ਦਾ ਨਾਂ ਸੁਣ ਕੇ ਚਿਣਕ ਗਿਆ। ਉਸ ਕੁੜੀ ਨੂੰ ਆਰੀ ਦੇ ਨਾਲ ਬਾਬੇ ਉਹਨੇ 35 ਟੁਕੜੇ ਕੀਤੇ, 35 ਟੁਕੜੇ ਕਰਕੇ ਅਗਰਬੱਤੀਆਂ ਲਾ ਛੱਡੀਆਂ ਕਿ ਗਵਾਂਢੀਆਂ ਤੱਕ ਨਾ ਪਤਾ ਲੱਗੇ, ਕਿੰਨਾ ਜਿਗਰਾ, ਕਿੰਨਾ ਹੈਵਾਨ ਬੰਦਾ, ਕਿ ਉਸੇ ਫਰਿੱਜ ਵਿੱਚ ਰੋਟੀ ਪਾਣੀ ਰੱਖਦਾ, ਚਾਹ ਵਾਸਤੇ ਦੁੱਧ ਰੱਖਦਾ, ਕੋਈ ਡਰ ਨਹੀਂ, ਕੋਈ ਖੌਫ ਨਹੀਂ ਕਿ ਕਿਸੇ ਦੀ ਧੀ ਮਾਰਤੀ ਆ, ਰੋਜ਼ ਦਾ ਇੱਕ ਪੀਸ ਚੁੱਕਦਾ, ਕਦੀ ਲੱਤ, ਕਦੀ ਬਾਂਹ, ਕਦੀ ਗੋਡਾ, ਕਦੀ ਧੌਣ, 35 ਟੁਕੜੇ ਸਰੀਰ ਦੇ ਕੀਤੇ ਆ ਨਾ, ਹੌਲੀ ਹੌਲੀ ਜੰਗਲ ਵਿੱਚ ਸੁੱਟਦਾ ਕਿ ਜਾਨਵਰ ਖਾ ਲੈਣਗੇ, ਸਬੂਤ ਮੁੱਕ ਜਾਣਗੇ।
कदी इश्क ते कदी मुश्क ते कीते खून नी कदी गुजे नहीं रेंदे। गल नोट करियो, प्यो प्यो ही हुंदा जिस प्यो नू ओ मातड़ जां गरीब जां अनपढ़ समझ के कहिंदी मैं पढ़ी लिखी हां। ओ प्यो रोज अपनी धी नू फोन करदा, धी फोन नहीं चुकदी, आखिर पुलिस नू इतलाह दिंदा कि मेरी कुड़ी 6 महीनों तो लापता वा, भी वह कुड़ी नू कोई गलत ना मुंडे ने कर दिता हो। ये आशिक भून पटाके जो वरिया 76 उन्होंने चंगी तरह आफताब न फिर उन्होंने रो के बकया कि मैंने तंग कर दी सी विआह तो, मैं विआह करवाना नहीं चाहता, सिर्फ मैं जिसमें खेडना चाहता सीगा। अद्धे टुकड़े फिर फ्रिज विचों उस कुड़ी की बॉडी दे मिले है। हुण जिहड़ियां मेरियां भैणां जां कुड़ियां इह वीडियो वेखण डीआं, तुहानूं तुहाडा माँ प्यो समझाउंदा ना तुहाडे फायदे वास्ते समझाउंदा, क्योंकि उन्हां जग हंडाया दुनिया हंडाई हुंदी आ, इन्हां रस्तियां विचों निकले हुंदे आ। सो कदे भी किसे अनजान ते यकीन करना तुहाडी जिंदगी दे नाल महंगा पै सकदा। ओ किड्डा ओ आशिक सत्या खपिया, किड्डा ओ हरामखोर दरिंदा इंसान कि दिल्ली इस टाइम बंबे इस टाइम अखबारां इस टाइम कंबियां पईआं, गवांढी कंबे पए आ। ये मैनू ये नहीं समझ आउंदी ये किहड़ा जमाना आ गया रिलेशन इन जो अंग्रेज कर रहे। मैं भी अंग्रेजां दी कंट्री च फिरन डिया वा, इत्थे किते नहीं तुहानूं ऐ वी किसे कुड़ी नूं तुसीं मजाक भी कर जो जां किसे कुड़ी नाल तुसीं धक्का कर जो। मैं एक गल दसणी चाहुंदा कि इत्थे जिहड़ा बलात्कार की जी तादाद नूल जीरो होगी, कतल की जी तादाद जीरो होगी, कोई गुंडा करती नहीं, कोई धक्का नहीं, इन्ने कानून वधिया। ये पढ़े लिखे लोग आ, सियाने लोग आ। दूजी रही गल जे इहोजे हफ्ते भुखे आ उन्हां वास्ते इत्थे बारां बणियां, क्लब बने, कई इहोजियां चीजां बणियां कि किसे नूं भी कदी इहोजी नौबत नहीं आई। ये लोग पढ़े लिखे होने के नाल दिमाग भी चंगा रखते, साडे जिन्नी अनपढ़ता जिन्ने दरिंदे भुखे हौसदे गलिया च तुरे फिरते इत्थे रात नूं तुसीं लंघ कल्ली कुड़ी लंघ जे 12-1-2 सारी रात कोई किसे नूं कोई माड़ा नहीं कहिंदा, कोई किसे नूं कोई टच नहीं करदा, कोई किसे नाल गंदी नज़र वाल नहीं वेंदा, थां थां ते पुछदा ही हो रहा। पर इहो जे वड्डे शहरां विच इहो जिहा कांड हो जाणा ना बाबिओ, किते ना किते सारिआं नूं सिर्फ मैसेज दिंदे आ कुड़ियां नूं, खास करके जिहड़ियां कहिंदियां टिकटॉक ते आ फेसबुक ते आ वन सवन्ने कपड़े पाउणे, बुआए फ्रेंड रखणे, मुंडिआं वांगू गालां कढ़णियां, प्यो मां प्यो नूं देसी समझणा, जमाने नूं देसी समझणा, अंग्रेजी नूं बहुत वड्डी चीज़ समझणा। पर जिहड़े काज दे कानून उहनां नूं भी फॉलो करो। ओह कुड़ी ते मर गई, बाकीआं कुड़ियां वास्ते भी सबक बण गई आ कि कदी किसे इहो जिहे बंदे ते यकीन ना करो जिहनूं जिन्हें तुहानूं 20-25 साल तुहानूं घर बह के रोटी खवाली, मां ने 9 महीने ढिड च रखिया, दुध पिलाया, प्यो ने पढ़ाई कराई, तुहानूं छत दित्ती, ते ओह आशिक लंडू जिहड़ा 2 दिन तुहाडी जिंदगी जा के मैं तुझे प्यार करता हूं, तू मेरी जान मन ते मैं तेरा फलान ढींग, आ हशर हुंदे जे होई गलती माफ। धन्नवाद, सत श्री अकाल।